ਇਹ ਤਸਵੀਰਾਂ ਲੁਧਿਆਣਾ ਦੇ ਥਾਣਾ ਟਿੱਬਾ ਦੀਆਂ ਨੇ ਤੇ ਇਹ 10 ਕੁੜੀਆਂ ਤੇ 3 ਨੌਜਵਾਨ ਮੁੰਡੇ ਉਹੀ ਨੇ ਜੋ ਪੰਮੀ ਆਂਟੀ ਦੇ ਘਰ ਬੇਸ਼ਰਮੀ ਦਾ ਅਜਿਹਾ ਖੇਡ ਖੇਡ ਰਹੇ ਸਨ ਜਿਸ ਨੂੰ ਦੇਖਣ ਤੇ ਸੁਣਨ ਤੋਂ ਬਾਅਦ ਗੁੱਸਾ ਆਉਣਾ ਸੁਭਾਵਿਕ ਹੈ। ਅਸਲ 'ਚ ਸਾਰੀਆਂ ਕੁੜੀਆਂ ਜੋ 19 ਤੋਂ ਲੈ ਕੇ 30 ਸਾਲ ਤੱਕ ਦੀਆਂ ਨੇ ਆਪੋ ਆਪਣੇ ਘਰੇ ਕਹਿ ਕੇ ਆਉਂਦੀਆਂ ਸੀ ਕਿ ਉਹ ਫੈਕਟਰੀ 'ਚ ਕੰਮ ਕਰਦੀਆਂ ਨੇ ਜਾਂ ਫਿਰ ਵੱਡੀਆਂ ਵੱਡੀਆਂ ਪਾਰਟੀਆਂ 'ਚ ਡਾਂਸ ਕਰਦੀਆਂ ਨੇ। ਹੋਰ ਤਾਂ ਹੋਰ ਇਹ ਸਾਰਾ ਗਰੁੱਪ ਗੁਰਦੁਆਰੇ ਵਰਗੀਆਂ ਪਾਕ ਪਵਿੱਤਰ ਧਾਰਮਿਕ ਅਸਥਾਨਾਂ ਤੇ ਭੋਲੀਆਂ ਭਾਲੀਆਂ ਕੁੜੀਆਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਗੰਦੇ ਕੰਮਾਂ 'ਚ ਧਕੇਲ ਦਿੰਦਾ ਸੀ। ਪਰ ਕਹਿੰਦੇ ਨੇ 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ, ਇਹਨਾਂ ਸਾਰਿਆਂ ਨਾਲ ਇਹੋ ਹੀ ਹੋਇਆ ਤੇ ਜਿਵੇਂ ਹੀ ਪੁਲਿਸ ਵਾਲਿਆਂ ਨੇ ਪੰਮੀ ਆਂਟੀ ਦੇ ਘਰ ਰੇਡ ਮਾਰੀ ਤਾਂ 1-1 ਕਰਕੇ ਪੂਰੇ ਘਰ 'ਚੋਂ 11 ਕੁੜੀਆਂ ਅਤੇ 3 ਮੁੰਡੇ ਕਾਬੂ ਕਰ ਲਏ ਗਏ ਜੋ ਖੂਬ ਰੰਗ ਰਲੀਆਂ ਮਨਾ ਰਹੇ ਸਨ। ਪੁਲਿਸ ਸਟੇਸ਼ਨ ਟਿੱਬਾ ਦਾ ਮਾਮਲਾ ਜੀ, ਇੱਕ ਸਾਡੀ ਟੀਮ ਵੱਲੋਂ ਸੈਕਸ ਰੈਕਟ ਬਰਸਟ ਕੀਤਾ ਹੈਗਾ ਪੁਲਿਸ ਸਟੇਸ਼ਨ ਟਿੱਬਾ ਦਾ, ਦੈਟ ਵਾਜ਼ ਬੀਇੰਗ ਓਪਰੇਟਡ ਇਨ ਅ ਪ੍ਰੋਫੈਸ਼ਨਲ ਮੈਨਰ। ਇਹਦੇ ਵਿੱਚ ਜੀ 14 ਲੋਕ ਅਸੀਂ ਮੌਕੇ ਤੋਂ ਗ੍ਰਿਫਤਾਰ ਕੀਤੇ ਨੇ, ਜਿਹਦੇ ਵਿੱਚ 10 ਲੜਕੀਆਂ ਨੇ, ਬਾਕੀ ਉਹਨਾਂ ਦੇ ਕੁਝ ਕਸਟਮਰ ਸੀਗੇ ਐਂਡ ਇੱਕ ਲੇਡੀ ਕਿੰਗ ਪਿੰਨ ਜੋ ਇਹਨੂੰ ਰਨ ਕਰ ਰਹੀ ਸੀ ਪ੍ਰੋਪਰ ਨੂੰ, ਦੀ ਹਾਊਸ ਓਨਰ। ਹਾਂਜੀ, ਉਹ ਦੇ ਸ਼ੀ ਇਜ਼ ਆਲਰੇਡੀ ਔਨ ਬੇਲ, ਇੱਕ ਪੁਲਿਸ ਸਟੇਸ਼ਨ ਜੋਧੇਵਾਲ ਦੇ ਵਿੱਚ ਉਹਨਾਂ 'ਤੇ FIR ਦਰਜ ਸੀ, ਕੇਸ ਇਜ਼ ਅੰਡਰ ਟ੍ਰਾਇਲ। ਨੇਪਾਲ ਦੀਆਂ ਲੜਕੀਆਂ ਨੇ, ਹਰਿਆਣਾ, ਦਿੱਲੀ, ਕੇਰਲਾ, ਉੱਤਰਾਖੰਡ ਐਂਡ ਪੰਜਾਬ ਦੇ ਵਿੱਚ ਸਾਰੇ ਡਿਸਟ੍ਰਿਕਟ ਇੰਕਲੂਡਿੰਗ ਅੰਮ੍ਰਿਤਸਰ, ਹਰ ਜਗ੍ਹਾ ਤੋਂ ਜਿਹੜੀਆਂ ਹੈਗੀਆਂ ਨੇ ਇਹਦੀਆਂ ਲੜਕੀਆਂ ਆਪਰੇਟ ਕਰ ਰਹੀਆਂ ਨੇ। ਪੂਰੇ ਮਾਮਲੇ 'ਚ ਗਰੋਹ ਦੀ ਸਰਗਨਾ ਪੰਮੀ ਆਂਟੀ ਦੀ ਬੈਕਗ੍ਰਾਉਂਡ ਬਾਰੇ ਪਤਾ ਕੀਤਾ ਤਾਂ ਪੁਲਿਸੀਆਂ ਦੇ ਵੀ ਹੋਸ਼ ਉੱਡ ਗਏ। ਹੋਰ ਤਾਂ ਹੋਰ, ਜਿਸ ਥਾਂ ਤੇ ਪੁਲਿਸ ਨੇ ਲਾਈਵ ਰੇਡ ਮਾਰੀ, ਰੇਡ ਦੌਰਾਨ 28 ਡੱਬੇ ਕੰਡੋਮ, ਸਪੈਨਿਸ਼ ਡ੍ਰੌਪ ਜਿਸ ਨੂੰ ਪਿਲਾ ਕੇ ਮੁੰਡਿਆਂ ਨੂੰ ਇਹ ਕੁੜੀਆਂ ਮਦਹੋਸ਼ ਕਰ ਦਿੰਦੀਆਂ ਸੀ, ਸਮੇਤ ਗੈਰ ਕਾਨੂੰਨੀ ਗੋਲੀਆਂ ਵੀ ਬਰਾਮਦ ਹੋਈਆਂ ਨੇ। ਜਨਰਲੀ ਏਜ ਗਰੁੱਪ ਹੈਗਾ ਕਿਸੇ ਦੇ 19 ਸਾਲ, 20 ਸਾਲ, 30 ਸਾਲ, ਮੈਕਸੀਮਮ 30 ਤੋਂ 35 ਐਂਡ ਜਿਹੜੀਆਂ ਲੜਕੀਆਂ ਨੇ ਹੁਣ 20 ਸਾਲ ਦੀਆਂ ਨੇ, ਬਟ ਦੇ ਵਰ ਇਨਵੋਲਵਡ ਇਨ ਟੂ ਦਿਸ ਟ੍ਰੇਡ ਜਾਂ ਦੇ ਵਰ ਇਨ ਟੂ ਦੀ ਪ੍ਰੋਸਟੀਟਿਊਸ਼ਨ ਵੈਨ ਦੇ ਵਰ ਮਾਈਨਰਸ, 12-13 ਸਾਲ ਦੀਆਂ ਜਦੋਂ ਲੜਕੀਆਂ ਸੀ, ਕੋਈ ਨੇਪਾਲ ਤੋਂ ਆਈ ਹੈਗੀ ਹੈ, ਕੋਈ ਦਿੱਲੀ ਤੋਂ ਆਈ ਹੈ, ਕੋਈ ਕੇਰਲਾ ਤੋਂ, ਤਾਂ ਉਦੋਂ ਤੋਂ ਦੇ ਵਰ ਇਨਵੋਲਵਡ ਇਨ ਟੂ ਦਿਸ ਪ੍ਰੋਸੈਸ ਐਂਡ ਸਟਿਲ ਦੇ ਆਰ ਕੰਟੀਨਿਊਇੰਗ ਇਟ। ਲੜਕੇ ਲੋਕਲ ਨੇ ਜੀ, ਕਸਟਮਰ ਸੀਗੇ ਜਿਹੜੇ। ਇਹ ਜੀ ਲੇਡੀ ਕਿੰਗ ਪਿੰਨ ਹੈਗੀ ਹੈ ਜੋ ਓਪਰੇਟ ਕਰ ਰਹੀ ਹੈ, ਔਰ ਉਹਦੀਆਂ ਜੋ ਮੇਨ ਗਰਲਸ ਨੇ ਇਹ ਟਾਰਗੇਟ ਕਰਦੀਆਂ ਨੇ, ਜੋ ਔਰਤਾਂ ਜ਼ਰੂਰਤਮੰਦ ਨੇ, ਘਰੋਂ ਪਰੇਸ਼ਾਨ ਨੇ, ਨੀਡੀ ਨੇ, ਉਹ ਕਿਤੇ ਰਿਲੀਜੀਅਸ ਪਲੇਸ 'ਤੇ ਮਿਲ ਰਹੀਆਂ ਨੇ, ਦੂਸਰੇ ਸ਼ਹਿਰਾਂ ਦੇ ਵਿੱਚ ਮਿਲ ਰਹੀਆਂ ਨੇ, ਤਾਂ ਉਹਨਾਂ ਨੂੰ ਟਾਰਗੇਟ ਕਰਕੇ ਦੇ ਆਰ ਬੀਂਗ ਫੋਰਸਡ ਇਨ ਟੂ ਦਿਸ ਬਿਜ਼ਨਸ ਆਫ ਫਲੈਸ਼ ਟ੍ਰੇਡ। ਉਹਨਾਂ ਨੂੰ ਲਾਲਚ ਦਿੱਤਾ ਜਾਂਦਾ ਕਿ ਅਸੀਂ ਤੁਹਾਨੂੰ ਕੰਮ ਦੇਵਾਂਗੇ, ਜੇ ਅਸਲ 'ਚ ਪਤਾ ਚੱਲਦਾ ਤਾਂ ਕੰਮ ਕੁਛ ਹੋਰ ਹੁੰਦਾ ਜੀ। ਹਾਂਜੀ, ਕੋਵਿਡ ਦੇ ਲੋਕਡਾਊਨ ਦੇ ਦੌਰਾਨ ਵੀ ਜੋ ਲੜਕੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਕੋਈ ਲੋਨ ਰੀਪੇ ਨਹੀਂ ਕਰ ਸਕਦੇ ਸੀ, ਦੇ ਹੈਵ ਆਲਸੋ ਬੀਨ ਲੇਡ ਇਨ ਟੂ ਦਿਸ ਟ੍ਰੇਡ। ਕੁਛ ਗੱਲਾਂ ਸਾਹਮਣੇ ਆਈਆਂ ਨੇ ਕਿ ਟਾਰਗੇਟ ਜਦ ਕਰਦੇ ਸੀਗੇ ਜ਼ਰੂਰਤਮੰਦ ਔਰਤਾਂ ਨੂੰ ਕਿ ਅਸੀਂ ਤੁਹਾਨੂੰ ਕੰਮ ਦੇਵਾਂਗੇ, ਜੋਬ ਦੇਵਾਂਗੇ, ਬਟ ਦੇ ਵਰ ਐਕਸਪੋਜ਼ਡ ਟੂ ਦਿਸ ਫਲੈਸ਼ ਟ੍ਰੇਡ, ਦੈਟ ਵਾਸ ਅ ਸ਼ੌਕ ਫੋਰ ਦੇਮ। ਇਹਦੇ 'ਚ ਜੀ ਜਿਵੇਂ ਸਾਨੂੰ ਬਾਕੀ ਸ਼ਹਿਰਾਂ ਦੇ ਵਿੱਚ ਵੀ ਜੋ ਇਹਨਾਂ ਦੇ ਕਿੰਗ ਪਿੰਸ ਓਪਰੇਟ ਕਰ ਰਹੇ ਨੇ ਉਹਨਾਂ ਦਾ ਵੀ ਸਾਨੂੰ ਜਿਹੜਾ ਖੁਲਾਸਾ ਹੋਇਆ ਹੈ। ਫਿਲਹਾਲ ਹੁਣ ਦੇਖਣਾ ਇਹ ਹੋਏਗਾ ਕਿ ਆਉਣ ਵਾਲੇ ਸਮੇਂ 'ਚ ਇਸ ਗਰੋਹ ਦੀਆਂ ਤਾਰਾਂ ਸ਼ਹਿਰ ਦੇ ਕਿਹੜੇ ਕਿਹੜੇ ਸਫੈਦ ਪੋਸ਼ ਲੋਕਾਂ ਦੇ ਕੱਪੜਿਆਂ ਨੂੰ ਦਾਗ ਲਗਾਉਂਦਾ ਹੈ। ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ।